ਸੰਗਤ ਜੀ ਦੋ ਦਿਨ ਆਰਾਮ ਕਰਕੇ ਨਵੀਂ ਯਾਤਰਾ ਸ਼ੁਰੂ ਹੋ ਗਈ ਹੈ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਜੀ ਦੇ ਚਰਨ ਪਰਸ ਕੇ ਸ੍ਰੀ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਉਥੋਂ ਚੱਲਦੇ ਚੱਲਦੇ ਇਸ ਵੇਲੇ ਅਸੀਂ ਕੋਰਾਲੀ ਪਹੁੰਚ ਗਏ ਹਾਂ 2 2.5 ਘੰਟੇ ਦਾ ਸਫ਼ਰ ਹੋ ਗਿਆ ਹੈ ਰਸਤੇ ਦੇ ਵਿੱਚ ਸਤਲੁਜ ਤੋਂ ਜਦੋਂ ਲੰਘਣ ਲੱਗੇ ਨਾ ਤਾਂ ਰੁਕਣ ਨੂੰ ਦਿਲ ਕੀਤਾ ਕੁਝ ਫੋਟੋਆਂ ਖਿੱਚੀਆਂ ਵੀਡੀਓ ਬਣਾਈ ਤੇ ਕੁਝ ਗੱਲਾਂ ਸਤਲੁਜ ਦੇ ਨਾਲ ਕੀਤੀਆਂ ਉਹ ਤੁਹਾਡੇ ਨਾਲ ਸਾਂਝ ਕਰਨ ਲੱਗੇ ਹਾਂ ਫੇਰ ਅੱਜ ਜਿਹੜੀ ਸਾਡੇ ਨਾਲ ਨਵੀਂ ਟੀਮ ਜਾ ਰਹੀ ਹੈ ਉਹਨਾਂ ਨੂੰ ਮੁਲਾਵਾਗੇ ਤੇ ਅੱਗੇ ਯਾਤਰਾ ਸ਼ੁਰੂ ਕਰਾਂਗੇ ਸਤਲੁਜ ਦੇ ਪਾਣੀਆਂ ਦਸ ਹਾਂ ਕੋਈ ਕਹਾਣੀਆਂ ਕਿਵੇਂ ਕਲਗੀਧਰ ਨੇ ਚਰਨ ਤੇਰੇ ਪਾਣੀ ਚ ਪਾਏ ਸੀ ਕਿਵੇਂ ਸਤਗੁਰ ਅਨੰਦਪੁਰ ਸਾਹਿਬ ਤੇਰੇ ਕੰਢੇ ਤੇ ਵਸਾਏ ਸੀ ਕਿਵੇਂ ਉਹ ਹਨੇਰੀਆਂ ਰਾਤਾਂ ਦੇ ਦਿਨੇ ਆਏ ਸੀ ਕਿਵੇਂ ਪਾਣੀ ਵਿੱਚ ਸਿੰਘਾਂ ਘੋੜੇ ਦੜਾਏ ਸੀ ਕਿਵੇਂ ਕੰਡੇ ਤੁਰ ਕੇ ਕਲਗੀ ਧਰ ਦੇ ਲਾਲ ਆਏ ਸੀ ਵਿਛੜੇ ਸੀ ਪਿਤਾ ਕੋਲੋਂ ਦਾਦੀ ਗੋਦੀ ਬਿਠਾਏ ਸੀ ਕਿਵੇਂ ਰਣਜੀਤ ਸਿੰਘ ਨੇ ਤੈਨੂੰ ਆਪਣੀ ਸਰਹੱਦ ਬਣਾਇਆ ਸੀ ਕਿਵੇਂ ਗੋਰਾ ਤੈਨੂੰ ਟੱਪ ਕੇ ਪੰਜਾਬ ਮੱਲਣ ਆਇਆ ਸੀ ਹੁਣ ਤੇਰੇ ਪਾਣੀ ਦੀ ਤਸਵੀਰ ਬਦਲ ਗਈ ਏ ਹੁਣ ਤੇਰੇ ਪਾਣੀ ਦੀ ਤਸਵੀਰ ਬਦਲ ਗਈ ਏ ਤੇਰੇ ਵਿੱਚ ਗੰਦਗੀ ਫੈਕਟਰੀਆਂ ਦੀ ਪਈ ਏ ਮੈਨੂੰ ਲੱਗੇ ਤੇਰੇ ਵਿੱਚ ਵਗੇ ਮੇਰੇ ਹੰਝੂ ਆ ਦਾ ਪਾਣੀ ਏ ਨਿਸ਼ਾਨ ਦੀ ਤੇ ਤੇਰੀ ਇੱਕੋ ਜਹੀ ਹੀ ਕਹਾਣੀ ਏ ਨਿਸ਼ਾਨ ਦੀ ਤਾਂ ਤੇਰੀ ਇੱਕੋ ਜਹੀ ਹੀ ਕਹਾਣੀ ਏ ਸੰਖੇਪ ਜੀ ਸਾਂਝ ਪਈ ਹੈ ਆਪਾਂ ਹੁਣ ਇਥੋਂ ਮੁਹਾਲੀ ਪਹੁੰਚਣਾ ਹੈ ਉਥੋਂ ਅੱਗੇ ਯਾਤਰਾ ਚੱਲੇਗੀ ਜੀ ਆਪਾਂ ਪਹੁੰਚ ਗਏ ਆਂ ਜੀ ਮੁਹਾਲੀ ਤੇ ਇਹ ਗੱਡੀ ਆਪਣੀ ਤਿਆਰ ਹੋ ਗਈ ਹੈ ਨਿਸ਼ਾਨ ਸਾਹਿਬ ਨਵੇਂ ਬਦਲ ਲਏ ਗਏ ਹਨ ਸਮਾਨ ਵੀ ਤੁਸੀਂ ਵੇਖੋ ਐਦ ਕੀ ਬਹੁਤ ਜ਼ਿਆਦਾ ਹੈ ਉੱਤੇ ਤੱਕ ਭਰੀ ਹੋਈ ਹੈ ਗੱਡੀ ਆ ਲੰਬੀ ਯਾਤਰਾ ਤੇ ਚੱਲ ਰਹੇ ਆਂ ਅਜੇ ਰੂਟ ਪਲਾਨ ਕੋਈ ਜ਼ਿਆਦਾ ਨਹੀਂ ਹੈ ਅਜੇ ਇਥੋਂ ਅੰਬਾਲੇਵਾਲ ਨੂੰ ਜਾਵਾਂਗੇ ਚੰਡੀਗੜ੍ਹ ਤੋਂ ਤੇ ਫੇਰ ਅੱਗੇ ਦੇਖਦੇ ਆਂ ਕਿ ਕਿਧਰੋਂ ਕਿਧਰ ਨੂੰ ਜਾਣਾ ਵੈਸੇ ਅਸੀਂ ਅਗਲੇ 2-3 ਦਿਨਾਂ ਦੇ ਵਿੱਚ ਮੱਧ ਪ੍ਰਦੇਸ਼ ਵੱਲ ਪਹੁੰਚਣਾ ਹੈ ਇਸ ਯਾਤਰਾ 'ਚ ਆਪਣੇ ਸਾਥੀ ਆ ਭਾਈ ਜਤਨ ਸਿੰਘ ਜੀ ਅਜੇ ਸੈਟਿੰਗ ਕਰ ਰਹੇ ਆ ਸਮਾਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਫਿਲਹਾਲ ਜਤਨ ਸਿੰਘ ਜੀ ਤੇ ਉਹਨਾਂ ਦੇ ਸਿੰਘਣੀ ਜਸਪ੍ਰੀਤ ਕੌਰ ਉਹ ਸਾਡੇ ਇਸ ਯਾਤਰਾ 'ਚ ਆਪਾਂ ਇਕੱਠੇ ਚੱਲ ਰਹੇ ਆ ਅਗਲੀ ਆਉਣ ਵਾਲੀ ਵੀਡੀਓ 'ਚ ਸਾਂਝ ਪਾਵਾਂਗੇ ਕਿਹੜੀਆਂ ਸੇਵਾਵਾਂ ਗੁਰੂ ਸਾਹਿਬ ਲੈਂਦੇ ਹਨ ਹੋਰ ਵੀ ਗੁਰਸਿੱਖਾਂ ਦੇ ਇਹਦੇ ਵਿੱਚ ਮੇਲ ਹੁੰਦੇ ਰਹਿਣਗੇ ਹੁਣ ਇੱਥੋਂ ਚੱਲ ਕੇ ਆਪਾਂ ਅੰਬਾਲੇ ਵੱਲ ਨੂੰ ਚੱਲੇ ਹਾਂ ਜੀ ਇਹ ਮਹਾਲੀ ਦੀ 에ਅਰਪੋਰਟ ਰੋਡ ਹੈ ਤੇ ਸੱਜੇ ਪਾਸੇ ਹੈ ਜੀ ਗੁਰਦੁਆਰਾ ਸਿੰਘ ਸ਼ਹੀਦਾਂ ਤਨਤਨ ਬਾਬਾ ਹਨੂਮਾਨ ਸਿੰਘ ਜੀ ਉਹਨਾਂ ਦਾ ਸ਼ਹੀਦੀ ਯਾਦਗਾਰ ਸਥਾਨ ਹੈ ਹੋਰ ਵੀ ਕਾਫੀ ਸਿੰਘ ਸ਼ਹੀਦ ਹੋਏ ਹਨ ਵੀਡੀਓ ਪੂਰੀ ਡਿਟੇਲ ਦੇ ਵਿੱਚ ਆਲਰੇਡੀ ਇੱਕ ਬਣੀ ਹੋਈ ਹੈ ਇੱਥੇ ਗੁਰੂ ਸਾਹਿਬ ਜੀ ਦੇ ਚਰਨ ਪਰਸ ਕੇ ਫਿਰ ਇੱਥੋਂ ਅੱਗੇ ਯਾਤਰਾ ਕੀਤੀ ਜਾਏਗੀ ਮਸਾਂ ਨੇ ਡਿਸੀਜਨ ਹੋਇਆ ਕਿ ਜੈਪੁਰ ਵੱਲ ਨੂੰ ਜਾਣਾ ਹੈ ਤੇ ਇੱਕ ਨਵਾਂ ਹਾਈਵੇ ਬਣਿਆ ਜਿਹੜਾ ਅੰਬਾਲਾ ਤੋਂ ਜੈਪੁਰ ਵੱਲ ਨੂੰ ਜਾਂਦਾ ਹੈ ਸੋ ਉਸ ਰਸਤੇ ਤੇ ਹੁਣ ਹੈਗੇ ਅਸੀਂ ਪਤਾ ਨਹੀਂ ਕਿ ਕਿਸ ਏਰੀਏ 'ਚ ਜਾ ਰਹੇ ਆ ਪਰ ਅੱਗੇ ਅਸੀਂ ਰੋहतक ਲਾਗੇ ਰੁਕਾਂਗੇ ਥੋੜਾ ਟਾਈਮ ਵੀਡੀਓ ਨਹੀਂ ਬਣਾਈ ਕਾਰਨ ਇਹ ਕਿ ਪਿਛਲੀ ਯਾਤਰਾ ਤੋਂ ਆਏ ਸੀ ਬਹੁਤ ਥਕਾਵਟ ਹੈ ਅਜੇ ਆਰਾਮ ਕਰਨ ਦਾ ਸਮਾਂ ਨਹੀਂ ਮਿਲਿਆ ਤਾਂ ਦੂਜੀ ਯਾਤਰਾ ਤੇ ਚੱਲ ਪਏ ਆ ਕਿਉਂਕਿ ਅੱਗੇ ਗੁਰੂ ਸਾਹਿਬ ਨੇ ਜਿਹੜੇ ਕਾਰਜ ਬਖਸ਼ੇ ਉੱਥੇ ਪਹੁੰਚਣਾ ਹੈ ਸੋ ਥੋੜੀ ਥੋੜੀ ਯਾਤਰਾ ਕਰਦੇ ਆ ਇਹ ਹੁਣ ਨਵੇਂ ਹਾਈਵੇ ਬਣੇ ਐਕਸਪ੍ਰੈਸਵੇ ਇਹ ਬਹੁਤ ਵਧੀਆ ਜਿੱਦਾਂ ਦੇ ਫੋਰਨ ਸਟਾਈਲ ਚ ਹੁੰਦੇ ਆ ਉਦਾਂ ਦੇ ਬਣੇ ਆ ਆ ਇੱਕ ਜਿਵੇਂ ਰੈਸਟ ਏਰੀਆ ਤਿਆਰ ਹੋ ਰਿਹਾ ਜਿੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਹੋਏਗੀ ਤੇਲ ਪਾਉਣਾ ਈਵਨ ਅਮਰਜੈਂਸੀ ਸਰਵਿਸਿਸ ਟਾਇਲਟਸ ਤੇ ਜਿਵੇਂ ਰੈਸਟੋਰੈਂਟਸ ਵਗੈਰਾ ਬਣਨਗੇ ਹੌਲੀ ਹੌਲੀ ਸ਼ੁਰੂ ਹੋ ਜਾਏਗਾ ਪਿਛਲੀ ਯਾਤਰਾ ਚ ਸਨੀ ਵੀਰ ਨੇ ਆਪਣਾ ਕਾਫੀ ਸਾਥ ਦਿੱਤਾ ਸੀ ਪਰ ਹੁਣ ਆਪਣੇ ਕੋਲ ਹੋਰ ਡਰਾਈਵਰ ਸਿੰਘ ਆ ਗਏ ਆ ਮਿਸਟਰ ਜਤਨ ਸਿੰਘ ਸੰਗਤ ਜੀ ਇਹ ਭਾਈ ਮਨਜੀਤ ਸਿੰਘ ਜੀ ਹਾਂ ਜੀ ਰੋहतक ਦੇ ਰਹਿਣ ਵਾਲੇ ਹਨ ਤੇ ਆਪਾਂ ਨੂੰ ਮਿਲਣ ਆਏ ਹਨ ਤਕਰੀਬਨ 20 ਕਿਲੋਮੀਟਰ ਦੂਰ ਇੱਥੇ ਹੀ ਇੱਕ ਇਤਿਹਾਸਕ ਸਥਾਨ ਹੈ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਮਹਾਰਾਜ ਦਾ ਉਹਦੇ ਵੀ ਆਪਾਂ ਦਰਸ਼ਨ ਕਰਦੇ ਹਾਂ ਭਾਈ ਸਾਹਿਬ ਜੀ ਨੂੰ ਵੀ ਜੀਓ ਆਇਆਂ ਤੇ ਧੰਨਵਾਦ ਹੋਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਹੈ ਜੀ ਲਖਣ ਮਾਜਰਾ ਇਹ ਤਕਰੀਬਨ ਰੋहतक ਤੋਂ 20 ਕੁ ਕਿਲੋਮੀਟਰ ਦੂਰ ਹੈ ਪਿੰਡ ਦੇ ਵਿੱਚ ਆ ਛੱਪੜ ਹੈ ਜਿਹੜਾ ਇਸ ਵੇਲੇ ਰੌਣਕ ਹੈ ਪਿੰਡ ਦੀ ਧੁੱਪ ਹੈ ਗਰਮੀ ਹੈ ਤੇ ਉਹਦੇ ਵਿੱਚ ਅਚਾਨਕ ਬੱਦਲ ਆ ਜਾਣ ਮੀਂਹ ਆ ਜੇ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਐਸ ਵੇਲੇ ਠੰਡੀ ਹਵਾ ਵਗ ਰਹੀ ਹੈ ਤੇ ਆ ਵੀ ਵੇਖੋ ਦਰਵੇਸ਼ ਪਾਣੀ ਲੱਭ ਰਹੇ ਐਸ ਵੇਲੇ ਵੜਚੱਲੇ ਪਾਣੀ ਦੇ ਵਿੱਚ ਇਹ ਛੱਪੜ ਦੇ ਜਿਹੜਾ ਤੁਸੀਂ ਦੂਰ ਸਾਹਮਣੇ ਦੇਖਦੇ ਹੋ ਚਿੱਟੇ ਰੰਗ ਦੀਆਂ ਦੋ ਬਿਲਡਿੰਗਾਂ ਦਿਖਾਈ ਦੇ ਰਹੀਆਂ ਉਹ ਗੁਰਦੁਆਰਾ ਸਾਹਿਬ ਜੀ ਦਾ ਦੀਵਾਨ ਹਾਲ ਹੈ ਤੇ ਲੰਗਰ ਹਾਲ ਹੈ ਜਿੱਥੇ ਦੀਵਾਨ ਲੱਗਦੇ ਹਨ ਜਦੋਂ ਹੋਲਾ ਮਹੱਲਾ ਇੱਥੇ ਬਹੁਤ ਲਾਰਜ ਸਕੇਲ ਤੇ ਮਨਾਇਆ ਜਾਂਦਾ ਹੈ। ਇਧਰ ਗੁਰਦੁਆਰਾ ਸਾਹਿਬ ਜੀ ਦੇ ਆਪ ਜੀ ਦਰਸ਼ਨ ਕਰ ਰਹੇ ਹੋ। ਇਹ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੇ ਪਾਛਾਈ ਨੌਵੀਂ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਤੋਂ ਆਪਣੀ ਗ੍ਰਿਫਤਾਰੀ ਦੇਣ ਵਾਸਤੇ ਜਾ ਰਹੇ ਸਨ ਉਦੋਂ ਇੱਥੇ ਰੁਕੇ ਸਨ ਤਾਂ ਇਹ ਗੁਰਦਵਾਰਾ ਸਾਹਿਬ ਬਿਲਕੁਲ ਤੁਸੀਂ ਕਹਿ ਲਓ ਛੱਪੜ ਦੇ ਵਿੱਚ ਹੀ ਹੈ ਕੰਧ ਸਾਂਝੀ ਹੈ ਇੱਥੇ ਬਣਿਆ ਹੈ ਕੋਸ਼ਿਸ਼ ਤਾਂ ਕੀਤੀ ਸੰਗਤਾਂ ਨੇ ਕਿ ਇਸ ਛੱਪੜ ਨੂੰ ਸਰੋਵਰ ਦਾ ਰੂਪ ਦੇ ਦਿੱਤਾ ਜਾਵੇ ਪਰ ਪਿੰਡ ਦੀ ਸਹਿਮਤੀ ਨਾ ਹੋਣ ਕਰਕੇ ਨਹੀਂ ਹੋ ਸਕਿਆ ਇਹ ਪਿੰਡ ਦੇ ਵਿੱਚ ਤੁਸੀਂ ਇੱਧਰ ਦੇਖੋ ਤਾਂ ਇੱਕ ਹੋਰ ਲੰਗਰ ਹਾਲ ਜਿਹੜਾ ਗੁਰਦਵਾਰਾ ਸਾਹਿਬ ਦੇ ਲਾਗੇ ਬਣ ਰਿਹਾ ਹੈ ਭਾਈ ਮਨਜੀਤ ਸਿੰਘ ਜੀ ਦੇ ਘਰੋਂ ਭੈਣ ਜੀ ਮਨਜੀਤ ਕੌਰ ਇਹਨਾਂ ਦਾ ਨਾਮ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਦੇ ਨਾਂ ਦਰਵਾਜੇ ਦੇ ਬਾਹਰ ਹੀ ਇੱਕ ਖੂਹ ਹੈ ਜਿਹੜਾ ਕਿ ਪ੍ਰਾਤਨ ਹੈ ਹੁਣ ਗੁਰੂ ਸਾਹਿਬ ਜੀ ਦੇ ਸਮੇਂ ਸੀ ਕਿ ਨਹੀਂ ਅਸੀਂ ਕਹਿ ਨਹੀਂ ਸਕਦੇ ਪਰ ਇਹਦੇ ਹਾਲਾਤ ਵੇਖੋ ਤੁਸੀਂ ਕਿ ਗੁਰਦੁਆਰਾ ਸਾਹਿਬ ਦੇ ਦਰਵਾਜੇ ਦੇ ਬਾਹਰ ਖੂਹ ਹੋਵੇ ਇਹ ਇੰਨਾ ਗੰਦਾ ਹੈ ਕਿ ਦੇਖ ਕੇ ਬਸ ਅਲਕਤ ਹੁੰਦੀ ਹੈ ਮਨ ਦੇ ਵਿੱਚ ਚਪਲਾਾਂ ਬੋਤਲਾਂ ਹਰ ਤਰ੍ਹਾਂ ਦੀ ਗੰਦਗੀ ਇਹਦੇ ਵਿੱਚ ਪਈ ਹੈ ਪਾਣੀ ਸਿਰਫ 5-6 ਫੁੱਟ ਡੂੰਘਾ ਹੀ ਹੈ ਇਹ ਪ੍ਰਾਤਨ ਖੂਹ ਹੁਣ ਇੱਕ ਖੂਹ ਨਾ ਰਹਿ ਕੇ ਇੱਕ ਵੱਡਾ ਡਸਟਬਿਨ ਬਣ ਚੁੱਕਾ ਹੈ ਜਿਵੇਂ ਬਿਨ ਹੁੰਦਾ ਨਾ ਸਾਰਾ ਕੁਝ ਉਹਦੇ ਵਿੱਚ ਸੁੱਟੀ ਜਾਂਦਾ ਹੈ ਆ ਇੱਕ ਬੋਰਡ ਦਾ ਦਰਖਤ ਹੈ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਆ ਵੇਖੋ ਇਹਨੂੰ ਕੰਡੇ ਲੱਗੇ ਹਨ ਤੁਹਾਨੂੰ ਸਾਰਿਆਂ ਨੂੰ ਪਤਾ ਕੰਡੇ ਨਹੀਂ ਲੱਗਦੇ ਬੋਰਡ ਨੂੰ ਇਹ ਇਹਦੇ ਉੱਤੇ ਕੰਡੇ ਸਾਰੇ ਅੜਾਏ ਗਏ ਹਨ ਛਾਪੇ ਵਿੱਚ ਕਿਉਂਕਿ ਇੱਥੇ ਬਾਂਦਰ ਬਹੁਤ ਹਨ ਉਹਨਾਂ ਵਾਸਤੇ ਇੱਧਰ ਗੁਰਦੁਆਰਾ ਸਾਹਿਬ ਜੀ ਹਨ ਜੀ ਗੁਰਦੁਆਰਾ ਮਨਜੀਤ ਸਾਹਿਬ ਲਖਣ ਮਾਜਰਾ ਸਥਾਨ ਪਾਛੇ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅੰਦਰ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਇੱਥੇ ਆਉਣ ਦੀ ਇਹ ਸੋਹਣੀ ਯਾਦਗਾਰ ਬਣੀ ਹੈ ਪਰ ਰੱਖ ਰਖਾਵ ਬਹੁਤ ਸਫਾਈ ਇੱਥੇ ਜਿਆਦਾ ਨਹੀਂ ਹੈ ਆਪਾਂ ਸਥਾਨਾਂ ਤੇ ਜਾਂਦੇ ਰਹਿੰਨੇ ਹਾਂ ਦੇਖਦੇ ਹਾਂ ਕਿ ਸਿੱਖ ਗੁਰੂ ਸਥਾਨਾਂ ਨੂੰ ਕਿਦਾਂ ਸਾਫ਼ ਚਮਕਾ ਕੇ ਰੱਖਦੇ ਹਨ ਪਰ ਇੱਥੇ ਬਹੁਤ ਕੁਝ ਹੋਰ ਹੈ ਜਿਹੜਾ ਹੋ ਸਕਦਾ ਹੈ ਗੱਲ ਕਰਦੇ ਆ ਕਰਦੇ ਧੁੱਪ ਪੂਰੀ ਤਿੱਖੀ ਨਿਕਲ ਆਈ ਹੈ ਭਾਈ ਸਾਹਿਬ ਜੀ ਹੁਣਾ ਕੋਲੋਂ ਹੁਣ ਆਪਾਂ ਵਧਾਈ ਕੀ ਲੈਣੇ ਆ ਗੁਰੂ ਸਾਹਿਬ ਕਿਰਪਾ ਕਰਨ ਅੱਗੇ ਜਤਰਾ ਸ਼ੁਰੂ ਕਰੀਏ ਜੀ ਠੀਕ ਹੈ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਹੁਣੀ ਸਾਡੇ ਵਾਸਤੇ ਚਾਹ ਪਾਣੀ ਲੈ ਕੇ ਆਏ ਸੀ ਨਾਲ ਹੋਰ ਮਠਿਆਈਆਂ ਛਠਾਈਆਂ ਸਭ ਛਕ ਲਿਆ ਹੁਣ ਠੀਕ ਹੈ ਜੀ ਇਹ ਨਵਾਂ ਬਣਿਆ ਇੱਕ ਮੋਟਰਵੇ ਹੈ ਜਿਹੜਾ ਅੰਮ੍ਰਾਲੇ ਤੋਂ ਜਾਂਦਾ ਹੈ ਜੈਪੁਰ ਵੱਲ ਨੂੰ ਏ ਜੇ ਤੁਸੀਂ ਲੈਂਡਸਕੇਪ ਵੇਖੋ ਪੰਜਾਬ ਦੇ ਨਾਲੋਂ ਮਿੱਟੀ ਹੁਣ ਥੋੜੀ ਥੋੜੀ ਬਦਲਣੀ ਸ਼ੁਰੂ ਹੋ ਗਈ ਹੈ ਹਰਿਆਣਾ ਤਕਰੀਬਨ ਅਸੀਂ ਅਗਲੇ ਸਿਰੇ ਲਾਗੇ ਪਹੁੰਚਣ ਵਾਲੇ ਹਾਂ ਸਰਨੌਲ ਨਾਂ ਦਾ ਇੱਕ ਪਿੰਡ ਹੈ ਬਦਲਵਾਈ ਕਾਫੀ ਹੋ ਗਈ ਹੈ ਤੇ ਆਹ ਦੇਖੋ ਇੱਕ ਪਹਾੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਛੋਟੀਆਂ ਛੋਟੀਆਂ ਇਹ ਹੈ ਜੀ ਦਿੱਲੀ ਤੋਂ ਜੈਪੁਰ ਜਾਣ ਵਾਲਾ ਹਾਈਵੇ ਬਸ ਵੱਡੇ ਵੱਡੇ ਬੋਰਡ ਲੱਗੇ ਇੱਥੇ ਰੈਸਟੋਰੈਂਟ ਉਹ ਸੁਖਦੇਵ ਢਾਬਾ ਇੱਕ ਹੋਟਲ ਹਾਈਵੇ ਕਿੰਗ ਆ ਪਹਾੜੀਆਂ ਆਉਣ ਲੱਗ ਪਈਆਂ ਹੁਣੇ ਆਪਾਂ ਮੇਗਾ ਲੈਵਲੋਂ ਆਏ ਆ ਜਿੱਧਰ ਜੰਗਲ ਸੀਗੇ ਪੂਰੇ ਸੰਘਣੇ ਹਰੀਆਂ ਮੀਂਹ ਵਾਲੀਆਂ ਪਹਾੜੀਆਂ ਹੁਣ ਇੱਧਰ ਥੋੜਾ ਡਿਫਰੈਂਟ ਐ ਪੱਥਰ ਦੀਆਂ ਤੇ ਦਰਖਤ ਉੱਤੇ ਨਹੀਂ ਹੈਗੇ ਛੋਟੇ ਛੋਟੇ ਝੰਗ ਬੇਲੇ ਜੇ ਝਾੜੀਆਂ ਜੀਆਂ ਹੋਗੀਆਂ ਇਹ ਰਾਜਸਥਾਨ ਦੀ ਧਰਤੀ ਐ ਜੀ ਇਹਨੂੰ ਜੈਪੁਰ ਤੋਂ ਫੋਨ ਆਇਆ ਹੈ ਵੀ ਹਾਰਨ ਮਾਰਦਾ ਹੀ ਐਂ ਸਾਰਾ ਰਾਹ ਇਹ ਸਾਡੇ ਡਰਾਈਵਰ ਸਾਹਿਬ ਆ ਜੀ ਰਾਤ ਦੇ 10 ਪੂਰੇ ਵੱਜ ਗਏ ਆ ਪੂਰੇ ਥੱਕ ਗਏ ਆ ਤੇ ਅਸੀਂ ਐਸ ਵੇਲੇ ਜੈਪੁਰ ਚ ਬਿਠੇ ਹੋਏ ਆ ਜਿਆਦੀ ਵੀਡੀਓ ਨਹੀਂ ਸੀ ਬਣਾ ਸਕੇ ਕਿਉਂਕਿ ਥੱਕੇ ਸੀਗੇ ਭੈਣ ਜੀ ਵੀ ਥੱਕੇ ਹੋਏ ਆ ਤੇ ਅਸੀਂ ਕਿੱਥੇ ਬੈਠੇ ਆ ਆਪਾਂ ਭਾਈ ਰਣਜੀਤ ਸਿੰਘ ਜੀ ਹਾਂ ਜੀ ਇਹ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਭਾਈ ਰਣਜੀਤ ਸਿੰਘ ਜੀ ਹੁਣੀ ਜੈਪੁਰ ਰਹਿੰਦੇ ਹਨ ਅਸੀਂ ਪਹਿਲਾਂ ਵੀ ਮਿਲੇ ਹਾਂ ਤੇ ਅੱਜ ਇਹਨਾਂ ਕੋਲ ਹੀ ਆਏ ਹਾਂ ਤੇ ਦੋ ਤਿੰਨ ਘੰਟਿਆਂ ਤੋਂ ਗੱਲਾਂ ਬਾਤਾਂ ਪੂਰੀਆਂ ਚੱਲ ਰਹੀਆਂ ਪਰਮਵੀਰ ਸਿੰਘਾ ਪਰਮਵੀਰ ਸਿੰਘਾ ਹਾਂਜੀ ਸਿੰਘ ਕੇ ਸਿੰਘਾ 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 ਪੂਰੇ ਜੀਓ ਚ ਰਹਿਣ ਵਾਲਾ ਹੈ ਨਾ ਸਿੰਘ ਕਿੰਨੀ ਕਲਾਸ ਚ ਪੜਦਾ ਪੁੱਤਰ ਮੈਂ 4th ਚ ਪੜਦਾ ਹਾਂਗਾ 4th ਚ ਹਾਂਜੀ ਕਿੰਨੀ ਏਜ ਹੋ ਗਈ ਤੇਰੀ ਮੇਰੀ 8.5 ਹੋ ਗਈ 8.5 ਹੋ ਗਈ ਬਹੁਤ ਵਧੀਆ ਆ ਪੁੱਤਰ ਤੇਰਾ ਕਿੰਨਾ ਹੈ ਅਗਮ ਜੋਤਕਾਰ ਬਹੁਤ ਵਧੀਆ ਤੇ ਕਿੰਨੀ ਏਜ ਹੋ ਗਈ ਤੁਹਾਡੀ ਸਾਢੇ 6 ਸਾਢੇ 6 ਕਿੰਨੀ ਕਲਾਸ ਚ ਪੜ੍ਹਦੇ ਤੁਸੀਂ ਫਰਸਟ ਬੀ ਅਸੀਂ ਆਏ ਤੁਹਾਡੇ ਘਰ ਤਾਂ ਖੁਸ਼ੀ ਹੋਈ ਏ ਯਸ ਹਾਂਜੀ ਹਾਂ ਬਹੁਤ ਪਿਆਰ ਨਾਲ ਇਹਨਾਂ ਬੱਚਿਆਂ ਨੇ ਸੇਵਾ ਕੀਤੀ ਏ ਤੇ ਇਹ ਬੱਚੀ ਦਾ ਕੀ ਨਾਮ ਛੱਟੀ ਦਾ ਮੈਂ ਹਰਕੌਰ ਆਗੀ ਇਹ ਮੀਟਰਕੌਰ ਆਗੀ ਸੰਗਤ ਜੀ ਦੇਖੋ ਇਹ ਬੱਚੇ ਜੈਪੁਰ ਵਿੱਚ ਰਹਿ ਰਹੇ ਹਨ ਸਕੂਲ ਵੀ ਇਦਾਂ ਹੀ ਦਸਤਾਰਾਂ ਸਜਾ ਕੇ ਜਾਂਦੇ ਹਨ ਸਿੱਖੀ ਦਾ ਮਾਣ ਇਹਦੇ ਲਈ ਕੋਈ ਬਾਉਂਡਰੀਜ਼ ਨਹੀਂ ਹੁੰਦੀਆਂ ਕਿ ਅਸੀਂ ਪੰਜਾਬ 'ਚ ਹੀ ਬੈਠੇ ਹੋਈਏ ਜਾਂ ਕਿਤੇ ਹੋਰ ਬੈਠੇ ਹੋਈਏ ਇਹ ਬਖਸ਼ਿਸ਼ ਹੁੰਦੀ ਹੈ ਸਿੱਖੀ ਦੀ ਇਹ ਕਿਤੇ ਵੀ ਹੋ ਸਕਦੀ ਹੈ ਇਹ ਜੰਗਲ 'ਚ ਵੀ ਹੋ ਸਕਦੀ ਹੈ ਆਕਾਸ਼ 'ਚ ਵੀ ਹੋ ਸਕਦੀ ਪਤਾਲ 'ਚ ਵੀ ਹੋ ਸਕਦੀ ਹੈ ਤੇ ਇਹਨਾਂ ਦੇ ਉੱਤੇ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ ਹੋਈ ਹੈ ਤੇ ਇਹ ਇਹ ਆਂਦੀ ਸਾਡੇ ਭੈਣ ਜੀ ਪੈਂਦੀ ਤੁਹਾਡਾ ਕੀ ਨਾਮ ਜੀ ਇੰਦਰਪ੍ਰੀਤ ਕੌਰ ਜੀ ਤੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਸਾਰਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵੀ ਥੱਕੇ ਸੀ ਜਿਆਦਾ ਵੱਡੀ ਵੀਡੀਓ ਨਹੀਂ ਬਣਾ ਸਕੇ ਪਰ ਜੈਪੁਰ ਪਹੁੰਚ ਗਏ ਹਾਂ ਯਾਤਰਾ ਸ਼ੁਰੂ ਹੋ ਗਈ ਹੈ ਕਲਗੀਧਰਪਤਾ ਜੀ ਦਾ ਸ਼ੂਗਰ ਹੈ ਅੱਗੇ ਜਿੱਥੇ-ਜਿੱਥੇ ਵੀ ਲੈ ਕੇ ਚੱਲਣਗੇ ਕੁਝ ਸੇਵਾਵਾਂ ਵੀ ਗੁਰੂ ਸਾਹਿਬ ਨੇ ਬਖਸ਼ੀਆਂ ਹਨ ਜਿਹੜੀਆਂ ਅਗਲੇ ਦਿਨਾਂ ਵਿੱਚ ਨਿਭਾਉਣੀਆਂ ਹੈ ਜਿਹੜੀ-ਜਿਹੜੀ ਸੇਵਾ ਗੁਰੂ ਸਾਹਿਬ ਲੈਣਗੇ ਜਿੱਥੇ-ਜਿੱਥੇ ਸਾਨੂੰ ਲੈ ਕੇ ਜਾਣਗੇ ਤੁਹਾਡੇ ਨਾਲ ਸਾਂਝ ਪਾਉਂਦੇ ਰਵਾਂਗੇ ਜੈਪੁਰ ਵਿੱਚ ਅੱਜ ਮੀਂਹ ਪੈ ਰਿਹਾ ਹੈ ਮੌਸਮ ਠੰਡਾ ਹੈ ਗੁਰੂ ਸਾਹਿਬ ਕਿਰਪਾ ਕਰ ਮੇਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ